ਸ੍ਰੀ ਅਕਾਲ ਜੀ, ਮੈਂ ਗੁਰਿੰਦਰ ਸਿੰਘ ਕੋਟਕਪੂਰਾ। ਅੱਜ 9 ਦਸੰਬਰ ਦਿਨ ਸੋਮਵਾਰ ਸਵੇਰ ਦੇ 7:45 'ਤੇ ਮਿਊਂਸਪਲ ਪਾਰਕ ਕੋਟਕਪੂਰਾ 'ਚ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲਓ ਜੀ, ਆਪਾਂ ਰਤਨ ਲਾਲ ਮਿੱਠੂ ਜੀ ਕੋਲ ਚੱਲਦੇ ਹਾਂ। ਅੱਜ ਦੀ ਜਿਹੜੀ ਸਾਹਿਤਕ ਮਹਿਫਲ ਦੀ ਸ਼ੁਰੂਆਤ ਹੈ, ਇਹ ਰਤਨ ਲਾਲ ਮਿੱਠੂ ਜੀ ਤੋਂ ਹੋਣ ਜਾ ਰਹੀ ਹੈ। ਆ ਦੇ ਦੇ ਮੈਨੂੰ ਤੀਜੇ ਵਿਸ਼ਵ ਯੁੱਧ ਬਾਰੇ ਨਹੀਂ ਪਤਾ ਕਿ ਹੋਵੇਗਾ ਕਿ ਨਹੀਂ, ਪਰ ਚੌਥੇ ਬਾਰੇ ਮੈਂ ਯਕੀਨੀ ਨਾਲ ਕਹਿ ਸਕਦਾ ਕਿ ਇਹ ਕਦੇ ਵੀ ਨਹੀਂ ਹੋਏਗਾ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ, ਗੁੱਡ ਮਾਰਨਿੰਗ। ਹਾਂਜੀ, ਇਤਨੀ ਮਿਹਰਬਾਨੀ ਮੇਰੇ ਈਸ਼ਵਰ ਬਣਾਏ ਰੱਖਣਾ, ਇਤਨੀ ਮਿਹਰਬਾਨੀ ਮੇਰੇ ਈਸ਼ਵਰ ਬਣਾਏ ਰੱਖਣਾ, ਜੋ ਰਾਸਤਾ ਸਹੀ ਹੋ ਉਸੀ ਪਰ ਚਲਾਏ ਰੱਖਣਾ, ਨਾ ਦਿਲ ਦੁਖੇ ਕਿਸੀ ਕਾ ਮੇਰੇ ਸ਼ਬਦੋਂ ਸੇ, ਇਤਨਾ ਰਹਿਮ ਤੂੰ ਮੇਰੇ ਭਗਵਾਨ ਮੁਝ ਪੇ ਬਣਾਏ ਰੱਖਣਾ। ਵਾਹ ਜੀ ਵਾਹ, ਕਿਆ ਬਾਤ ਹੈ। ਆਪਣੇ ਨਾਲ ਕਿਸੇ ਦਾ ਮੁਕਾਬਲਾ ਨਾ ਕਰੋ, ਅਜਿਹਾ ਕਰਕੇ ਤੁਸੀਂ ਖੁਦ ਆਪਣੀ ਬੇਇੱਜ਼ਤੀ ਕਰਦੇ ਹੋ। ਬਿਲਕੁਲ ਸਹੀ, ਬਿਲਕੁਲ ਸਹੀ, ਬਿਲਕੁਲ ਸਹੀ। ਜੇਕਰ ਸਾਰੀ ਦੁਨੀਆ ਖੁਸ਼ ਹੋ ਜਾਵੇ ਤਾਂ ਮੈਂ ਦਾਅਵਾ ਕਰਦਾ ਕੋਈ ਧਰਮ ਨਹੀਂ ਹੋਵੇਗਾ, ਕੋਈ ਧਰਮ ਨਹੀਂ ਬਚੇਗਾ। ਸਾਹਿਬ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਦਰੇ ਸੁਣ ਸਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸੰਤ ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਾਏ ਸਮਾਣੀ, ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬਜਾਏ ਤਿਸੇ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਏ। ਵਾਹ ਜੀ ਵਾਹ। ਗਿਆਨ ਨਵੇਂ ਵਿਚਾਰ ਗ੍ਰਹਿਣ ਕਰਨ ਨਾਲ ਵੱਧਦਾ ਹੈ ਜੀ, ਸਿਆਣਪ ਵੇਲਾ ਵਿਆ ਚੁੱਕੇ ਵਿਚਾਰਾਂ ਨੂੰ ਤਿਆਗਣ ਨਾਲ ਵੱਧਦੀ ਹੈ। ਵਾਹ ਜੀ ਵਾਹ, ਕਿਆ ਬਾਤ ਹੈ। ਇੱਕ ਅਰਥੀ ਜਾ ਰਹੀ ਸੀ, ਕੁਝ ਲੋਕ ਕਹਿ ਰਹੇ ਸੀ ਫਕੀਰ ਹੈ ਤੇ ਕੁਝ ਕਹਿ ਰਹੇ ਸੀ ਇਹ ਪਾਗਲ ਹੈ ਜੀ, ਤੇ ਲੋਕ ਉਸ ਦੇ ਉੱਤੇ ਦੁਨੀਆ ਵਾਲੇ ਉਸਦੇ ਉੱਤੇ ਪੱਥਰ ਸੁੱਟ ਰਹੇ ਸਨ। ਉਹ ਅਰਥੀ ਵਿੱਚ ਸੁੱਤਾ ਰਿਹਾ, ਮੁਰਦਾ ਘਾਟ ਦੇ ਨੇੜੇ ਜਦੋਂ ਉਹ ਪਹੁੰਚਿਆ ਤੇ ਉਸਦੇ ਉੱਤੇ ਇੱਕ ਮਿੱਤਰ ਮਹਿੰਦੀ ਰੱਤਾ ਜੀ ਨੇ ਫੁੱਲ ਸੁੱਟ ਦਿੱਤਾ। ਉਸਦੀ ਆਤਮਾ ਤੜਫ ਕੇ ਕਫਨ ਵਿੱਚੋਂ ਬਾਹਰ ਨਿਕਲ ਉੱਠ ਬੈਠੀ, ਕਹਿੰਦੀ ਪੱਥਰਾਂ ਦਾ ਇੰਨਾ ਦਰਦ ਨਹੀਂ ਹੋਇਆ ਜਿੰਨਾ ਇਸ ਇੱਕ ਫੁੱਲ ਦਾ, ਕਹਿੰਦੀ ਆਖਰੀ ਸਮੇਂ ਮੈਂ ਇਸਦਾ ਹੀ ਦੀਦਾਰ ਕਰ ਲੈਣਾ ਚਾਹੁੰਦੀ ਸੀ। ਜਬ ਆਪਕੋ ਕੋਈ ਦੁੱਖ ਪਹਿਚਾਏ ਤੋ ਚੁੱਪ ਰਹਿਣਾ ਹੀ ਬਿਹਤਰ ਹੈ ਜੀ, ਕਿਉਂਕਿ ਜਿਸਕੋ ਆਪ ਜਵਾਬ ਨਹੀਂ ਦੇਤੇ ਉਸਕੋ ਵਕਤ ਜਵਾਬ ਦੇ। ਕਿੱਡੀ ਗੱਲ ਹੈ। ਪਤਨੀ ਆਪਣੇ ਪਤੀ ਨੂੰ ਕਹਿੰਦੀ, ਕਰਵਾ ਚੌਥ ਤੋਂ ਬਗੈਰ ਹੋਰ ਵੀ ਕਿਹੋ ਜਿਹੇ ਵਰਤ ਹੈਗਾ ਜਿਹਨਾਂ ਤੁਹਾਡੀ ਉਮਰ ਲੰਬੀ ਹੋਵੇ? ਕਹਿੰਦਾ ਹੈਗਾ ਕਿ ਮੌਨ ਵਰਤ ਉਹ ਤਾਂ ਰੱਖ ਲਿਆ ਕਰ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹ ਜੀ ਵਾਹ। ਲਓ ਜੀ, ਜਿੰਨਾ ਜਿੰਨਾ ਵੀਰਾਂ ਨੇ ਅੱਜ ਦੀ ਸਾਹਿਤਕ ਮਹਿਫਲ 'ਚ ਹਿੱਸਾ ਲਿਆ, ਉਹਨਾਂ ਸਾਰਿਆਂ ਦੇ ਚੰਗੇਰੇ ਭਵਿੱਖ ਦੀਆਂ, ਸਦਾ ਤੰਦਰੁਸਤੀ ਦੀਆਂ ਸ਼ੁਭਕਾਮਨਾਵਾਂ। ਮੈਂ ਗੁਰਿੰਦਰ ਸਿੰਘ